ਜੋ ਸਾਨੂੰ ਪਬਲਿਕ ਜਾਂ ਸਾਡੇ ਭੈਣ ਭਰਾ ਕਹਿਣਗੇ ਤੇ ਇਲੈਕਸ਼ਨ ਲੜਾਂਗੇ। ਔਰ ਉਹਨਾਂ ਨੇ ਕੁਝ ਸੋਚ ਸਮਝ ਕੇ ਹੀ ਟਿਕਟ ਦੇਣੀ ਆ, ਕਿਉਂਕਿ ਉਹਨਾਂ ਨੇ ਜੇ ਥੱਲੇ ਵੇਖਣਾ ਵਰਕਰਾਂ ਦੀ ਡਿਮਾਂਡ ਆ ਜਾਂ ਲੋਕਾਂ ਦੇ ਕੰਮ ਕਿਹੜਾ ਕਰ ਸਕਦਾ ਕਿਹੜਾ ਨਹੀਂ ਕਰ ਸਕਦਾ। ਖਾਸ ਕਰਕੇ ਪਿਛਲੇ 10 ਸਾਲ ਤੋਂ ਤੇ ਉਹ ਵਿਕਾਸ ਹੀ ਨਹੀਂ ਹੋਇਆ ਤੇ ਇਹ 5 ਸਾਲ ਨੇ ਤੇ ਕੁਛ ਕੀਤਾ ਹੀ ਨਹੀਂ ਨਾ। ਮਤਲਬ ਤੁਸੀਂ ਸਾਡੇ ਹਰ ਪਿੰਡ ਸ਼ਹਿਰ ਜਾ ਕੇ ਵੇਖ ਲਓ, ਪਰ ਉਹਨਾਂ ਨੇ ਕਿਸੇ ਵਰਕਰ ਦੀ ਕਦਰ ਨਹੀਂ ਕੀਤੀ। ਈਵਨ ਕਿ ਸਾਡੇ ਹਲਕੇ ਪਰਚਿਆਂ ਦੀ ਰਾਜਨੀਤੀ ਕੀਤੀ ਗਈ। ਤੁਸੀਂ ਸਾਡੀ ਗੱਲ ਛੱਡੋ, ਇਹਨਾਂ ਨੂੰ ਪਤਾ ਕਿ ਇਹਨਾਂ ਦੀ ਟਿਕਟ ਕੱਟੀ ਗਈ ਆ। ਇਹ ਮੈਂ ਨਹੀਂ ਕਹਿੰਦਾ, ਇਹ ਤੁਸੀਂ ਕਿਤੇ ਉਹਨਾਂ ਨੂੰ ਤੁਹਾਡੇ ਸ਼ਾਇਦ ਮਾਈਕ ਤੇ ਨਾ ਕਹਿਣ। ਤਰਨ ਤਾਰਨ ਦਾ ਇੱਕ ਨੰਬਰ ਤੇ ਆਊਗਾ ਕਰਪਸ਼ਨ ਦੇ ਵਿੱਚ ਕਿ ਇੱਥੋਂ ਨਸ਼ਾ ਖਤਮ ਕਰਾਂਗੇ। ਅੱਜ ਝਬਾਲ ਚੌਂਕ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ, ਅੱਜ ਤੁਹਾਨੂੰ ਪੁੜੀਆਂ ਨਾਲ ਇੱਥੇ ਸਮੈਕ ਮਿਲ ਜੂਗੀ। ਕਾਂਗਰਸ ਦਾ ਤਲਖਾ ਪਲਟ ਹੋਇਆ ਆ ਉਦੋਂ ਦੇ ਚੰਨੀ ਸਰਕਾਰ ਦੇ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਲਾਉਣ ਤੋਂ ਬਾਅਦ ਜਿਹੜਾ ਆ ਪੰਜਾਬ ਦੇ ਵਿੱਚ ਜਿਹੜਾ ਕਾਂਗਰਸੀ ਕਾਂਗਰਸ ਦੇ ਵਿੱਚ ਜਿਹੜਾ ਆ ਹੜ ਆਉਣ ਦੇ ਜਿਹੜੀ ਆ ਹੜ ਤੱਕ ਜਿਹੜੇ ਆ ਲੋਕ ਆਉਣ ਦੀ ਤੱਕ ਉਮੀਦ ਹੋਈ ਆ। ਅੱਜ ਜਿਹੜਾ ਤਰਨ ਤਾਰਨ ਦੇ ਵਿੱਚ ਜਿਹੜਾ ਸੋਨੂ ਔਰ ਮੋਨੂ ਚੀਮਾ ਜੀ ਜਿਹੜੇ ਬਹੁਤ ਵੱਡੇ ਸਮਾਜ ਸੇਵੀ ਸੀ, ਹੁਣ ਉਹ ਕਾਂਗਰਸ ਪਾਰਟੀ ਵਿੱਚ ਜਿਹੜੇ ਆ ਉਹ ਆ ਚੁੱਕੇ ਆ। ਹੁਣ ਸੋਨੂ ਭਾਜੀ ਇਹਨਾਂ ਦਾ ਜਿਹੜਾ ਆ ਉਹ ਸੰਭਾਵੀ ਉਮੀਦਵਾਰ ਬੰਨਾ ਤਰਨ ਤਾਰਨ ਦੇ ਵਿੱਚ ਤਾਂ ਆ। ਹੁਣ ਆਪਾਂ ਗੱਲ ਕਰਦੇ ਉਹਨਾਂ ਦੇ ਬ੍ਰਦਰ ਮੋਨੂ ਭਾਜੀ ਨਾਲ ਕਿ ਕੀ ਜਿਹੜਾ ਆ ਕਾਂਗਰਸ ਦੇ ਉੱਤੇ ਲੋਕਾਂ ਦੇ ਉੱਤੇ ਕੀ ਵਿਚਾਰ ਆ ਜਿਹੜੇ ਤੁਹਾਡੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ। ਅੱਜ ਜਿਹੜਾ ਆ ਇੰਨਾ ਵੱਡਾ ਹਾਲ ਇੱਥੇ ਲੋਕ ਆ ਗਏ, ਉਮੀਦਵਾਰ ਜਿਹੜੇ ਆ ਬੰਨੇ ਸ਼ੁਰੂ ਹੋ ਗਏ ਆ, ਲੋਕਾਂ ਨੂੰ ਜਿਹੜਾ ਆ ਬਹੁਤ ਵੱਡਾ ਜਿਹੜਾ ਉਮੀਦ ਬਣ ਗਈ ਆ ਕਾਂਗਰਸ ਪਾਰਟੀ ਪ੍ਰਤੀ, ਉਹ ਤੁਹਾਡਾ ਕੀ ਕਹਿਣਾ ਇਸ ਪ੍ਰਤੀ? ਮੈਂ ਧੰਨਵਾਦ ਕਰਦਾ ਪਹਿਲਾਂ ਦੇ ਆਪਣੇ ਅਮਨਵੀਰ ਜੀ ਤੁਹਾਡਾ ਐਸ ਕੇ ਵਾਲਾ ਚੈਨਲ ਵਾਲਿਆਂ ਦਾ। ਤੁਹਾਨੂੰ ਯਾਦ ਨਾ ਆਪਾਂ 2 ਮਹੀਨੇ ਪਹਿਲਾਂ ਵੀ ਆਪਾਂ ਤਰਨ ਤਾਰਨ ਇੱਕ ਬੜੀ ਵੱਡੀ ਕਾਨਫਰੰਸ ਕੀਤੀ ਸੀ, ਮਤਲਬ ਮਿਲਣੀ ਮੀਟਿੰਗ ਜਿਹਨੂੰ ਕਹਿੰਦੇ। ਉਹਦੇ ਵਿੱਚ ਵੀ ਆਪਾਂ ਐਲਾਨ ਕੀਤਾ ਸੀ ਵੀ ਜੋ ਲੋਕ ਜੋ ਸਾਨੂੰ ਪਬਲਿਕ ਜਾਂ ਸਾਡੇ ਭੈਣ ਭਰਾ ਕਹਿਣਗੇ ਤੇ ਇਲੈਕਸ਼ਨ ਲੜਾਂਗੇ, ਉਹਨਾਂ ਨੂੰ ਮੁੱਖ ਰੱਖਦੇ ਹਾਂ। ਲੋਕਾਂ ਦੇ ਜਿਹੜੇ ਰੋਜ਼ਮਰਾ ਦੇ ਕੰਮ ਸੀ ਜਾਂ ਸਾਡੇ ਡਿਵੈਲਪਮੈਂਟ ਦੇ ਜਾਂ ਪਿੰਡਾਂ ਤਰਨ ਤਾਰਨ ਸ਼ਹਿਰ ਦਾ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਸੀ, ਉਹਨਾਂ ਦੇ ਹੀ ਵਿਚਾਰ ਨਾਲ ਹੀ ਸਾਂਝ ਕਰਦੇ, ਉਹਨਾਂ ਨੇ ਸਾਨੂੰ ਇਹ ਜਿਹੜਾ ਕਹਿੰਦੇ ਵੀ ਤੁਸੀਂ ਸੇਵਾ ਕਰਨੀ ਆ, ਇਸ ਕਰਕੇ ਤੁਸੀਂ ਪਾਰਟੀ ਦੇ ਵਿੱਚ ਆ ਕੇ ਅਤੇ ਤੁਸੀਂ ਇਲੈਕਸ਼ਨ ਲੜੋ। ਉਹਦੇ ਸੰਬੰਧ ਵਿੱਚ ਅੱਜ ਆਪਾਂ ਇੱਕ ਤਾਂ ਬਾਬੜੇ ਸਾਹਿਬ ਨਮਸਤਕ ਹੋਣਾ ਵਾਂ, ਫਿਰ ਗੁਰੂ ਅਰਜਨ ਦੇਵ ਦੀ ਨਗਰੀ ਤਰਨ ਤਾਰਨ ਸਾਹਿਬ ਜਿੱਥੋਂ ਅਸੀਂ ਜਿਹੜੀ ਟਿਕਟ ਦੀ ਜਿਹੜੀ ਮੰਗ ਕਰ ਰਹੇ ਹਾਂ ਕਾਂਗਰਸ ਪਾਰਟੀ ਤੋਂ, ਅਤੇ ਨਾਲੇ ਅਸੀਂ ਮਤਲਬ ਚੋਣ ਲੜਨੀ ਚਾਹੁੰਦੇ ਹਾਂ ਉੱਥੇ, ਨਾਲੇ ਮੱਥਾ ਟੇਕਣ ਜਾਣਾ ਗੁਰੂ ਅਰਜਨ ਦੇਵ ਜੀ ਦੇ ਪਾਤਸ਼ਾਹ ਦੇ ਘਰੇ ਅੱਜ, ਅਤੇ ਉਹਦੇ ਸੰਬੰਧ ਵਿੱਚ ਸਾਰੇ ਅੱਜ ਸਾਡੇ ਇਲਾਕੇ ਦੇ 100 ਪਿੰਡ ਦੇ ਵਿੱਚੋਂ ਅਤੇ ਜਿੰਨੇ ਕਿ ਮਤਲਬ ਕਹਿ ਸਕਦੇ ਹਾਂ ਕੱਲ੍ਹ ਹੀ ਬਣਿਆ ਪ੍ਰੋਗਰਾਮ, ਤੁਸੀਂ ਵੇਖ ਸਕਦੇ ਹੜ੍ਹ ਹੀ ਆਇਆ ਵਾ ਅਤੇ ਸਾਡੇ ਕੋਲ ਪ੍ਰਬੰਧ ਵੀ ਨਹੀਂ ਨਾ ਹੋ ਸਕਿਆ ਕਿਉਂਕਿ 1000-2000 ਦੇ ਲਾਗੇ ਗੱਡੀ ਹੋਣੀ ਹੈ। ਜਿਹੜੀ ਐਡੀ ਵੱਡਾ ਕਾਫਲਾ ਜਿਹੜਾ ਲੈ ਕੇ ਚੱਲੇ, ਕੱਲ੍ਹ ਹੀ ਤੁਹਾਨੂੰ ਕਿਹਾ ਜਿਹੜਾ ਜਿਹੜਾ ਕਾਂਗਰਸ ਪਾਰਟੀ ਦੇ ਇੱਥੇ ਸੰਭਾਵੀ ਉਮੀਦਵਾਰ ਜਿਹੜੇ ਆ ਮੌਜੂਦਾ MLA ਧਰਮਵੀਰ ਅਗਨੀਹੋਤਰੀ ਆ, ਕਿੱਦਾਂ ਦਾ ਲੱਗ ਰਿਹਾ ਕਿ ਉਹਨਾਂ ਦੀ ਟਿਕਟ ਕੱਟੀ ਜਾ ਕੇ ਸੋਨੂ ਭਾਈ ਨੂੰ ਟਿਕਟ ਕਿੱਦਾਂ ਮਿਲ ਜੂਗੀ? ਤੁਹਾਨੂੰ ਲੱਗਦਾ ਕਿ ਉਮੀਦਵਾਰ ਜਿਹੜੀ ਤੁਹਾਡੀ ਪੱਕੀ ਤੈਅ? ਵੇਖੋ ਜੀ, ਦੇਣੀ ਤੇ ਟਿਕਟ ਵੇਖੋ ਕਾਂਗਰਸ ਪਾਰਟੀ ਨੇ ਹਾਈ ਕਮਾਂਡ ਨੇ ਆ, ਔਰ ਉਹਨਾਂ ਨੇ ਕੁਝ ਸੋਚ ਸਮਝ ਕੇ ਹੀ ਟਿਕਟ ਦੇਣੀ ਆ।
ਕਿਉਂਕਿ ਉਹਨਾਂ ਨੇ ਜੇ ਥੱਲੇ ਵੇਖਣਾ ਵਰਕਰਾਂ ਦੀ ਡਿਮਾਂਡ ਆ ਜਾਂ ਲੋਕਾਂ ਦੇ ਕੰਮ ਕਿਹੜਾ ਕਰ ਸਕਦਾ ਕਿਹੜਾ ਨਹੀਂ ਕਰ ਸਕਦਾ। ਬਾਕੀ ਅਸੀਂ 30 ਸਾਲ ਤੋਂ ਜਿਹੜੀ ਹੈ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਾਂ ਅਤੇ ਸਾਡੀ ਵੀ ਇਹ ਮਤਲਬ ਲੋਕਾਂ ਦੀ ਜਿਹੜੀ ਡਿਮਾਂਡ ਅਸੀਂ ਵੀ ਇਸ ਚੀਜ਼ ਨੂੰ ਮੁੱਖ ਰੱਖਦੇ ਹਾਂ। ਅਸੀਂ ਵੀ ਚਾਹੁੰਦੇ ਹਾਂ ਵੀ ਇਹ ਜਿਹੜੀ ਸੇਵਾ ਹੋਰ ਤੰਦੇ ਹੀ ਨਾ, ਜੇ ਪਾਵਰ ਹੋਊਗੀ ਫਿਰ ਹੀ ਸੇਵਾ ਹੋਊਗੀ, ਕਿਉਂਕਿ ਡਿਵੈਲਪਮੈਂਟ ਪੱਖੋਂ ਸਾਡਾ ਸਾਰਾ ਇਲਾਕਾ ਬਹੁਤ ਪਿਛੜਿਆ ਆ ਤਰਨ ਤਾਰਨ, ਖਾਸ ਕਰਕੇ ਪਿਛਲੇ 10 ਸਾਲ ਤੋਂ ਤਾਂ ਵਿਕਾਸ ਹੀ ਨਹੀਂ ਹੋਇਆ ਅਤੇ ਇਹ 5 ਸਾਲ ਨੇ ਤਾਂ ਕੁਛ ਕੀਤਾ ਹੀ ਨਹੀਂ ਨਾ। ਮਤਲਬ ਤੁਸੀਂ ਸਾਡੇ ਹਰ ਪਿੰਡ ਸ਼ਹਿਰ 'ਚ ਆ ਕੇ ਵੇਖ ਲਓ, ਇੱਥੇ ਮੌਜੂਦਾ ਸਰਪੰਚ, ਸਾਬਕਾ ਸਰਪੰਚ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਰੇ ਤੁਹਾਨੂੰ ਆਪਣੇ ਮੂੰਹੋਂ ਦੱਸਣਗੇ ਵੀ ਸਾਡੇ ਪਿੰਡ ਵਿਕਾਸ ਕੀ ਹੋਇਆ। ਇਸ ਕਰਕੇ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਣੀ ਇਹ ਕਹਿਣਾ ਚਾਹੁੰਦਾ ਵਾਂ ਵੀ ਸਾਡਾ ਸਾਥ ਦਿਓ, ਅਸੀਂ ਤਨਦੇਹੀ ਨਾਲ ਸੇਵਾ ਕਰਕੇ ਤਰਨ ਤਾਰਨ ਨੂੰ ਇੱਕ ਵਧੀਆ ਸ਼ਹਿਰ ਬਣਾ ਕੇ ਦਿਖਾਵਾਂਗੇ। ਤੁਸੀਂ ਬੜੀ ਤਸ਼ੱਦਦ ਨਾਲ ਪਿਛਲੀ ਵਾਰੀ MLA ਧਰਮਵੀਰ ਅਗਨੀਹੋਤਰੀ ਜੀ ਦਾ ਬੜੇ ਝਬਾਲ ਨੂੰ ਵੀ, ਤਰਨ ਤਾਰਨ ਨੂੰ ਵੀ, ਜਿੰਨੇ ਤੁਹਾਡੇ ਸਪੋਰਟਰ ਸੀ ਤੁਸੀਂ ਨਾਲ ਹੋ ਕੇ ਅੱਗੇ ਹੋ ਕੇ ਜਿਹੜੀ ਉਹਨਾਂ ਦੀ ਇਲੈਕਸ਼ਨ ਲੜੀ ਸੀ, ਤੁਹਾਡਾ ਇੰਨਾ ਕੀ ਮੋਹ ਭੰਗ ਹੋ ਗਿਆ ਕਿ ਜਿਹੜਾ ਤੁਸੀਂ ਅੱਜ ਆਰ ਕੇ ਆਪਣੀ ਆਪ ਇਲੈਕਸ਼ਨ ਲੜ ਜਾ ਰਹੇ? ਦਰਅਸਲ ਗੱਲ ਇੱਦਾਂ ਹੀ, ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵੀ ਮੈਂ ਬਹੁਤ ਜ਼ਿਆਦਾ ਮਿਹਨਤ ਕਰਕੇ ਡਾਕਟਰ ਅਗਨੀਹੋਤਰੀ ਜੀ ਨੂੰ MLA ਬਣਾਇਆ ਸੀ, ਪਰ ਉਹਨਾਂ ਨੇ ਕਿਸੇ ਵਰਕਰ ਦੀ ਕਦਰ ਨਹੀਂ ਕੀਤੀ, ਕਿਸੇ ਵੀ ਵੀਰ ਭਰਾ ਦੇ ਦੁੱਖ ਸੁੱਖ ਵਿੱਚ ਕੋਈ ਸਾਂਝ ਨਹੀਂ, ਔਰ ਨਾ ਡਿਵੈਲਪਮੈਂਟ ਕੀਤੀ ਗਈ ਉਹਨਾਂ ਕੋਲ। ਈਵਨ ਕਿ ਸਾਡੇ ਹਲਕੇ ਪਰਚਿਆਂ ਦੀ ਰਾਜਨੀਤੀ ਕੀਤੀ ਗਈ ਵੀ ਈਵਨ ਇਹਦੇ 'ਚ ਮੈਂ ਵੀ ਇਹਦੇ ਵਿੱਚ ਸੇਕ 'ਚ ਆਇਆ, ਮੇਰੇ 'ਤੇ ਵੀ ਇਹਨਾਂ ਨੇ 2-3 ਪਰਚੇ ਕਰਵਾਏ। ਵੇਖੋ ਜਿਸ ਬੰਦੇ ਨੇ ਇਹਨਾਂ ਨੂੰ 30-35 ਹਜ਼ਾਰ ਵੋਟ ਪਵਾਈ ਹੋਵੇ ਅਤੇ ਉਹਦੇ 'ਤੇ ਵੀ ਇਹਨਾਂ ਨੇ ਪਰਚੇ, ਅਤੇ ਆਮ ਪਬਲਿਕ ਦੇ ਵਿਚਾਰੇ ਗਰੀਬ ਤਾਂ ਕੀ ਕਰਦੇ ਹੋਣਗੇ। ਇਸ ਕਰਕੇ ਸਾਡੇ ਲੋਕਾਂ ਨੇ ਇੱਕ ਧੱਈਆ ਕਰ ਲਿਆ ਵੀ ਐਤਕੀ ਜਿਹੜਾ ਵਾ ਵੀ ਲੋਕਾਂ ਨੂੰ ਵੋਟਾਂ ਨਹੀਂ ਪਾਉਣੀਆਂ, ਜੇ ਤੁਸੀਂ ਖਲੋਗੇ ਤਾਂ ਅਸੀਂ ਪਾਉਣੀਆਂ। ਉਹਨਾਂ ਦੀ ਡਿਮਾਂਡ 'ਤੇ ਹੀ ਅੱਜ ਇਹ ਇਕੱਠ ਕਰ ਰਹੇ ਹਾਂ ਅਤੇ ਉਹਨਾਂ ਦੀ ਡਿਮਾਂਡ ਨਾਲ ਅਸੀਂ ਇਲੈਕਸ਼ਨ ਲੜਾਂਗੇ। ਧੰਨਵਾਦ। ਇਹ ਸਨ ਮੋਨੂ ਚੀਮਾ ਜੀ। ਹੁਣ ਸਾਡੇ ਸੰਭਾਵੀ ਉਮੀਦਵਾਰ ਜਿਹੜੇ ਸੋਨੂੰ ਭਾਅ ਜੀ ਜਿਹੜੇ ਆ ਚੁੱਕੇ ਆ, ਸੋਨੂੰ ਭਾਅ ਜੀ ਨਾਲ ਆਪਾਂ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਸੋਨੂੰ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ। ਅੱਜ ਤੁਸੀਂ ਏਡਾ ਵੱਡਾ ਇਕੱਠ ਲਾ ਕੇ ਜਿਹੜਾ ਆ ਉਮੀਦਵਾਰੀ ਤੈਅ ਕਰਨਾ ਝੁੱਲੇ ਤੁਰੇ ਜੇ, ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਜਿਹੜਾ ਤੁਹਾਡਾ ਸਾਥ ਦੇਣਗੇ? ਬਿਲਕੁਲ ਜੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ, ਬਾਬਾ ਜਲਨ ਸਾਹਿਬ ਜੀ ਦੀ, ਬਾਬਾ ਬੁੱਢਾ ਜੀ ਦੀ, ਅਸੀਂ ਆਹ ਸਾਰੀ ਸੰਗਤ ਤੁਸੀਂ ਦੇਖ ਹੀ ਰਹੇ ਹੋ, ਇਹਦਾ ਪ੍ਰਤੱਖ ਚੀਜ਼ ਤੁਹਾਡੇ ਸਾਹਮਣੇ ਹੈ ਨਾ। ਜੇ ਮੈਂ ਕੋਈ ਝੂਠ ਬੋਲੀ ਜਾਵਾਂ ਤਾਂ ਉਹ ਸ਼ਾਇਦ ਤੁਸੀਂ ਕੋਈ ਇਹਦੇ ਵਿਸ਼ਵਾਸ ਨਹੀਂ ਕਰਨਾ, ਤੁਹਾਡੇ ਸਾਹਮਣੇ ਹੈ ਨਾ। ਇਹ ਉਹੀ ਸੰਗਤ ਹੈ ਨਾ ਜਿਹਨਾਂ ਡਾਕਟਰ ਸਾਹਿਬ ਨੂੰ, ਡਾਕਟਰ ਅਗਨੀਹੋਤਰੀ ਜੀ ਨੂੰ ਇੱਥੋਂ MLA ਬਣਾਇਆ ਸੀਗਾ, ਅਤੇ ਬਾਕੀ ਗੁਰੂ ਮਹਾਰਾਜ ਕਿਰਪਾ ਕਰੇ, ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ, ਫਤਿਹ ਕਰਾਂਗੇ ਜੀ। ਇਹ ਲੋਕਾਂ ਦਾ ਤੁਹਾਨੂੰ ਸਾਥ ਮਿਲ ਰਿਹਾ, ਤੁਹਾਨੂੰ ਲੱਗਦਾ ਕਿ ਜਿਹੜਾ ਆ ਉਮੀਦਵਾਰੀ ਕੱਟੀ ਜਾਊਗੀ, ਮੌਜੂਦਾ MLA ਦੀ ਟਿਕਟ ਕੱਟਣੀ ਜਿਹੜੀ ਆ ਬਹੁਤ ਔਖੀ ਹੁੰਦੀ ਆ, ਤੁਹਾਡੀ ਕੋਈ ਕੁਛ ਉੱਪਰ ਗੱਲ ਹੋਈ ਕੋਈ? ਦੇਖੋ ਜੀ, ਮੈਂ ਤਾਂ ਸਭ ਤੋਂ ਵੱਡਾ ਅਤੇ ਮੇਰੇ ਵਾਸਤੇ ਉੱਪਰ ਵਾਲਾ ਜੀ, ਉਹ ਕੱਟੂਗਾ ਟਿਕਟ ਜੇ ਇਹਨੇ ਚੰਗੇ ਕੰਮ ਕੀਤੇ ਹੋਣਗੇ ਤਾਂ ਇਹਨੂੰ ਜ਼ਰੂਰ ਇਹਦਾ ਸਾਥ ਦੇਣਗੇ, ਜੇ ਇਹਨੇ ਮਾੜੇ ਕੀਤੇ ਆ ਤਾਂ ਤੁਹਾਡੇ ਸਾਹਮਣੇ ਨਤੀਜਾ ਤੁਹਾਨੂੰ 2-4 ਦਿਨਾਂ ਦੇ ਤੁਹਾਡੇ ਸਾਹਮਣੇ ਹੋਣਾ ਜੀ। ਨਹੀਂ, ਕੰਮ ਤਾਂ ਚਲੋ ਜੋ ਕੀਤੇ ਆ ਉਹ ਲੋਕਾਂ ਦੇ ਸਾਹਮਣੇ ਆ, ਗੱਲ ਹੋ ਗਈ ਨਵਜੋਤ ਸਿੱਧੂ ਜੀ ਪ੍ਰਧਾਨ ਬਣੇ ਆ ਨਵੇਂ, ਤੁਸੀਂ ਕਿਸ ਤਰ੍ਹਾਂ ਆਪਣੀ ਉਮੀਦਵਾਰੀ ਕਾਂਗਰਸ ਪਾਰਟੀ ਵਿੱਚ ਤੈਅ ਕਰਨਾ ਚਾਹੁੰਦੇ ਜੇ, ਕਿ ਕਿੱਦਾਂ ਟਿਕਟ ਕੱਟਣ ਦੇ ਆ, ਜਿਹੜਾ ਬਹੁਤ ਵੱਡੀ ਗੱਲ ਹੈ ਕਿ ਟਿਕਟ ਕੱਟੀ ਜਾਣੀ? ਦੇਖੋ ਜੀ, ਸਾਡੇ ਹਲਕੇ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਅੱਜ ਦੀ ਤਰੀਕ 'ਚ ਕਰਪਸ਼ਨ ਦਾ, ਗੰਦੀ ਰਾਜਨੀਤੀ ਜਿਹੜੀ ਇਹਨਾਂ ਪਰਚਿਆਂ ਦੀ ਕੀਤੀ, ਉਹਦੇ ਵਾਸਤੇ ਮੈਂ ਹਾਈਕਮਾਂਡ ਦੇ ਕੋਲ ਇਹਨਾਂ ਦਾ ਸਾਰਾ ਚਿੱਠਾ ਜਿਹੜਾ ਉਹ ਕੱਢ ਕੇ ਉਹਨਾਂ ਨੂੰ ਦੇ ਕੇ ਆਇਆ ਸੀ ਕਿ ਆਹ ਦੇਖੋ ਜੀ, ਇਹਦੇ ਵਾਸਤੇ ਉਹਨਾਂ ਨੇ ਸਾਡੇ ਮਾਨਯੋਗ ਅਬਜ਼ਰਵਰ ਲਾ ਕੇ ਉਸ ਚੀਜ਼ ਨੂੰ ਬਿਲਕੁਲ ਕਲੀਅਰ ਕਰ ਲਫਜ਼ਾਂ 'ਚ, ਇਹਨਾਂ ਨੂੰ ਵੀ ਪਤਾ, ਤੁਸੀਂ ਸਾਡੀ ਗੱਲ ਛੱਡੋ, ਇਹਨਾਂ ਨੂੰ ਪਤਾ ਕਿ ਇਹਨਾਂ ਦੀ ਟਿਕਟ ਕੱਟੀ ਗਈ ਆ। ਇਹ ਮੈਂ ਨਹੀਂ ਕਹਿੰਦਾ, ਇਹ ਤੁਸੀਂ ਕਿਤੇ ਉਹਨਾਂ ਨੂੰ ਤੁਹਾਡੇ ਸ਼ਾਇਦ ਮਾਈਕ 'ਤੇ ਨਾ ਕਹਿਣ, ਪਰ ਸਾਈਡ 'ਤੇ ਕਿਤੇ ਹੋ ਕੇ ਜ਼ਰੂਰ ਪੁੱਛ ਲਿਓ, ਤੁਹਾਨੂੰ ਆਪ ਦੱਸ ਦੇਣਗੇ ਕਿ ਸਾਡੀ ਟਿਕਟ ਕੱਟੀ ਗਈ ਆ। ਤੁਹਾਡੇ ਕੋਲ ਕੀ ਮੁੱਦੇ ਆ ਤਰਨ ਤਾਰਨ ਦੇ ਵਿੱਚ, ਕੀ ਉਮੀਦਵਾਰੀ ਨੂੰ ਲੈ ਕੇ ਅੱਗੇ ਕੀ ਲੋਕਾਂ ਦੀ ਸੇਵਾ ਕਰੋਗੇ, ਕੀ ਪਲਾਨ ਤੁਹਾਡੇ ਕੋਲ, ਕੋਈ ਪਲਾਨ? ਸਾਡੇ ਦੇਖੋ ਜੀ, 3 ਜ਼ੋਨ ਬਣਦੇ ਨੇ ਸਾਡੇ, ਜੇ ਅਸੀਂ
ਦੇਖਿਆ ਜਾਵੇ ਨਾ, ਜੇ ਕਿਸੇ ਡਿਵੈਲਪਮੈਂਟ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਸਾਡੇ ਤਰਨ ਤਾਰਨ ਕੌਂਸਟੀਚੁਐਂਸੀ ਦੇ 3 ਜ਼ੋਨ ਬਣਦੇ ਨੇ। ਇੱਕ ਜ਼ੋਨ ਬਣਦਾ ਝਬਾਲ ਤੋਂ ਤੁਸੀਂ ਬਾਰਡਰ ਤੱਕ ਲੈ ਜਾਓ ਨਸ਼ਹਿਰਾ ਢਾਲਾ ਤੱਕ, ਦੂਸਰਾ ਬਣਦਾ ਇੱਥੋਂ ਸ਼ੇਖੜੇਵਾਲ ਮਾਣੋਚਾਲ ਅਤੇ ਉਰਲੇ ਪਿੰਡ ਜਿਹੜੇ ਨੇ ਉਹ ਜ਼ੋਨ ਬਣਦਾ, ਅਤੇ ਤੀਸਰਾ ਤੁਹਾਡਾ ਸ਼ਹਿਰ ਬਣਦਾ। ਸ਼ਹਿਰ ਦੀਆਂ ਸਮੱਸਿਆਵਾਂ ਆਪਣੀ ਕਿਸਮ ਦੀਆਂ ਨੇ, ਉਹ ਜਿਵੇਂ ਤੁਸੀਂ ਦੇਖ ਲਓ, ਤੁਸੀਂ ਦੇਖਿਆ ਹੋਣਾ ਤੁਹਾਡੀਆਂ ਖਬਰਾਂ ਤੋਂ ਮੈਂ ਪੜ੍ਹਦਾ ਰਿਹਾ ਕਿ ਜੀ ਇੱਥੇ ਜੀ ਰੇਲਵੇ ਕਰੋਸਿੰਗ 'ਤੇ ਬ੍ਰਿਜ ਬਣੂਗਾ, ਬਣਿਆ। ਤੁਸੀਂ ਦੇਖਦੇ ਰਹੇ ਲੋਕਾਂ ਨੂੰ ਇਹ ਕਹਿੰਦੇ ਰਹੇ ਕਿ ਅਸੀਂ ਰੇਹੜੀ ਮਾਰਕੀਟ ਬਣਾਤੀ ਬਣੀ, ਲੋਕਾਂ ਨੂੰ ਕਹਿੰਦੇ ਰਹੇ ਟੈਕਸੀ ਸਟੈਂਡ ਬਣਾਤਾ ਬਣਿਆ, ਲੋਕਾਂ ਨੂੰ ਕਹਿਤਾ ਜੀ ਸ਼ਹਿਰ ਦੇ ਵਿੱਚੋਂ ਗੰਦਗੀ ਜਿਹੜੀ ਆ ਉਹ ਖਤਮ ਕਰ ਦਾਂਗੇ ਬਣੀ, ਫੁੱਟਪਾਥ ਕਹਿੰਦੇ ਸ਼ਹਿਰ ਦੇ ਵਿੱਚ ਬਣਾਵਾਂਗੇ ਉਹ ਬਣਿਆ। ਜਿੰਨੇ ਵੀ ਤੁਸੀਂ ਜਾ ਕੇ ਦੇਖ ਲਓ, ਈਓ ਦੇ ਕੋਲ ਜਾ ਕੇ ਤੁਸੀਂ ਸਵਾਲ ਕਰੋ, ਜਿੰਨੇ ਕਰਪਸ਼ਨ ਇਹਨਾਂ ਨੇ ਕਮੇਟੀ ਘਰ ਦੇ ਵਿੱਚ ਕੀਤੀ, ਸ਼ਾਇਦ ਹੀ ਪੰਜਾਬ ਦਾ ਰਿਕਾਰਡ ਹੋਊਗਾ ਵੀ ਇਹ ਤਰਨ ਤਾਰਨ ਦਾ 1 ਨੰਬਰ 'ਤੇ ਆਊਗਾ ਕਰਪਸ਼ਨ ਦੇ ਵਿੱਚ। ਰਹਿ ਗਈ ਗੱਲ ਇਹਨਾਂ ਬਾਰਡਰ ਏਰੀਏ ਦੇ ਵਿੱਚ, ਮੇਰੇ ਬ੍ਰਦਰ ਨੇ ਜਾਂ ਅਸੀਂ ਸਾਰੇ ਨਾਲ ਜਿੰਨੀ ਸੰਗਤ ਖੜੀ ਆ, ਲੋਕਾਂ ਨੂੰ ਅਸੀਂ ਇਹ ਕਹਿ ਕੇ ਵੋਟਾਂ ਲਈਆਂ ਸੀ ਕਿ ਸਰਹੱਦੀ ਏਰੀਏ ਦੇ ਵਿੱਚ ਬੜੀ ਵੱਡੀ ਇੰਡਸਟਰੀ ਲੈ ਕੇ ਆਵਾਂਗੇ, ਲੋਕਾਂ ਨੂੰ ਰੁਜ਼ਗਾਰ ਦੇਵਾਂਗੇ। ਕੀ ਉਹ ਮਿਲਿਆ? ਤੁਸੀਂ ਦੇਖ ਲਓ, ਇੱਥੇ ਲੋਕਾਂ ਨੂੰ ਅਸੀਂ ਇਹ ਕਹਿੰਦੇ ਸੀਗੇ ਕਿ ਇੱਥੋਂ ਨਸ਼ਾ ਖਤਮ ਕਰਾਂਗੇ। ਆਹ ਝਬਾਲ ਚੌਂਕ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ, ਅੱਜ ਤੁਹਾਨੂੰ ਪੁੜੀਆਂ ਨਾਲ ਇੱਥੇ ਸਮੈਕ ਮਿਲ ਜੂਗੀ। ਫਿਰ ਕਿਤਨਾ ਕਿਤੇ ਲੋਕਾਂ ਨੇ ਤਾਂ ਉੱਠਣਾ ਹੀ ਹੈ ਨਾ, ਲੋਕਾਂ ਨੇ ਆਵਾਜ਼ ਤਾਂ ਉਠਾਉਣੀ ਹੈ ਨਾ, ਉਹ ਲੋਕਾਂ ਨੇ ਉਠਾ ਦਿੱਤੀ ਸਾਡੇ ਸਾਹਮਣੇ ਉਸ ਚੀਜ਼ ਦਾ। ਲੋਕਾਂ ਦੀ ਆਵਾਜ਼ ਦਾ ਜਿਹੜਾ ਆ ਉਹ ਸੋਨੂੰ ਭਾਅ ਜੀ ਹੁਣ ਗੱਲ ਕਰਦੇ ਨੇ, ਲੋਕਾਂ ਦਾ ਮੁੱਦਾ ਜਿਹੜਾ ਲੈ ਕੇ ਜਨਤਾ ਦੇ ਵਿੱਚ ਜਾਣਗੇ, ਜਨਤਾ ਨੂੰ ਜਿਹੜਾ ਆ ਜਨਤਾ ਨਾਲ ਜਿਹੜੀ ਆ ਮੌਜੂਦਾ ਜਿਹੜੀ ਆ ਜਨਤਾ ਨਾਲ ਆ। ਤਰਨ ਤਾਰਨ ਤੋਂ ਸਕਾਈ ਨਿਊਜ਼ ਅਮਨਦੀਪ ਮਜੰਦਾ ਦੀ ਰਿਪੋਰਟ।